ਤਾਲੀਆਂ ਰੱਖੋ। ਸੰਤ ਈਸ਼ਰ ਸਿੰਘ ਘਲੋਟੀ ਦੇ ਕਾਲਖ ਇਹ ਵੀ ਟੀਮਾਂ ਜਲਦੀ ਖੇਡ ਗਰਾਊਂਡ ਦੇ ਜਾਣਗੀਆਂ। ਇਹ ਜੱਸੋਵਾਲ ਸੂਤਾ ਸਟਾਈਲ ਕਬੱਡੀ ਵਿੱਚ ਮਾਰਕਰ ਲੈ ਕੇ ਮੇਰੇ ਭਰਾ ਚਲੇ ਜਾਣ ਨੈਸ਼ਨਲ ਸਟਾਈਲ ਤੋਂ ਉਦੋਂ ਹੱਥ ਪਰ ਪਾਂ ਡਿਸਪਲੇ ਕ੍ਰੇਡਰ ਦਾ ਅਗਲੀ ਕਬੱਡੀ ਪਾਵੋ ਹੀ ਨੌਜਵਾਨਾਂ ਕਿ ਕਿਲਾ ਰਾਏਪੁਰ ਦੇ ਮੁੰਡੇ ਵੇਖ ਲਓ ਮੁੰਡੇ ਸਾਕ ਬਣਾਉਂਦੇ ਨੇ ਦਸਾਂ ਨਹਾਂ ਦੀ ਕਿਰਤ ਕਮਾਈ ਖੇਡਾਂ ਉੱਤੇ ਲਾਉਂਦੇ ਨੇ ਖਰੇ ਖੋਟੇ ਦੀ ਪਰਖ ਨਾਲੋਂ ਕਰਦੇ ਗੱਲ ਚੜਕਾ ਕੇ ਰਾਜੇ ਕਿਹੜੇ ਸੱਜੇ ਸੱਜਣ ਮਿਲਦੀ ਹੈ ਜੱਫੀਏ ਪਾ ਕੇ ਕਿੰਨਾ ਨੰਬਰ ਬਾਰ ਬਾਰ ਬੇਨਤੀਆਂ ਕੀਤੀਆਂ ਵੀਰੇ ਬਹਿਓ ਪਿਛਲਿਆਂ ਨੂੰ ਦੀਦਾ ਨਹੀਂ ਕੁਝ ਲੋਕ ਸਮਝਦੇ ਨੇ ਇੰਨਾ ਕਿ ਰਾਗ ਨੂੰ ਸੋਨੇ ਦੀ ਹੈ ਬਾਂਸਰੀ ਤਾਂ ਬੇਸੁਰੀ ਨਹੀਂ ਬਹਿ ਜਾਓ ਬਹਿ ਜਾਓ ਬਹਿ ਜਾਓ ਹਰਪਾਲ ਸਿੰਘ ਜੀ ਰੰਧਾਵਾ ਕਨੇਡਾ ਨਾਲ ਵੱਲੋਂ ਨੈਸ਼ਨਲ ਸਟਾਈਲ ਦੇ ਵਿੱਚ ਜਿੱਤੀ ਦੇ ਲਈ 200 ਤੇ ਹਾਰੀ ਟੀਮ ਦੇ ਵਾਸਤੇ ਮੇਰੇ ਵੀਰ 1000 ਰੁਪਈਏ ਕਬੱਡੀ ਨੈਸ਼ਨਲ ਸਟਾਈਲ ਦੇ ਲਈ ਦਿੱਤੇ ਜਾਣਗੇ। ਲਓ ਮਲਕਪੁਰੀ ਇਸ ਵੇਲੇ ਫਿਰ ਰੋਡ ਪਾ ਰਿਹਾ ਤੇ ਚਾਰ ਖਿਲਾੜੀ ਤਿਆਰ ਆਏ ਚਾਰਾਂ ਦੇ ਵਿੱਚੋਂ ਅਨਪੜ੍ਹ ਹੋਣਾ ਕੋਈ ਬੁਰੀ ਗੱਲ ਨਹੀਂ ਪਰ ਸੁਣ ਕੇ ਅਣਡਿੱਠ ਕਰ ਦੇਣਾ ਕੰਨਾਂ ਤੋਂ ਬੋਲੇ ਹੋਣਾ ਉਹ ਤਾਂ ਬੁਰੀ ਗੱਲ ਆ। ਬਹਿ ਜਾਓ ਯਾਰ ਵੀਰ ਆਏ ਧੱਕਾ ਨਾ ਨਾ ਕਰਿਆ ਕਰੋ ਬਹਿ ਜਾਓ ਪਿਛਲੇ ਨੂੰ ਦੇਖਣ ਦੋ ਯਾਰ ਆਪਾਂ ਕਿੰਨੇ ਕੁ ਢੀਠ ਹੋ ਜਾਗੇ ਇੰਨਾ ਵੀ ਨਹੀਂ ਚੰਗਾ ਲੱਗਦਾ ਬਹਿ ਜਾਓ ਬਹਿ ਜਾਓ ਗਰਾਊਂਡ ਦੇ ਵਿੱਚ ਮਾਰ ਕਰ ਜਿਹੜਾ ਭੇਦ ਪੈ ਜਾਵੇ ਮੇਰੀ ਬੇਨਤੀ ਹੈ। ਰਾਏ ਸਿੰਘ ਕਲੇ ਪਿੰਡ ਕਕਰਾਲਾ 2 ਕੁਇੰਟਲ 20 ਕਿਲੋ ਦੀ ਬੋਰੀ ਚੱਕ ਕੇ ਦਿਖਾਓ ਜੀ। ਰਾਏ ਸਿੰਘ ਕਲੇਰ ਪਿੰਡ ਕਕਰਾਲਾ ਨੌਜਵਾਨ ਬਾਬਾ 2 ਕੁਇੰਟਲ 20 ਕਿਲੋ ਦੀ ਬੋਰੀ ਚੱਕ ਕੇ ਦਿਖਾਓ। ਲਾਈਕ ਸਾਹਿਬ ਵੇਖੋ ਮੇਰੇ ਵੀਰੇ ਜੱਸੋ ਵਾਲੀਆ ਕਰਦਾ ਹੋਇਆ ਤੋ ਉਦੋਂ ਹੱਥ ਲੈ ਵੀ ਦੇਖ ਲੈ ਕਾਲਿਆ ਏ ਸਵਾਦ ਬਣਿਆ ਪਿਆ ਕਬੱਡੀ ਦਾ ਪਰ ਇਸ ਲਈ ਜਾਫੀ ਦਾ ਸਮੇਂ ਦੀ ਮੇਰੇ ਵੀਰੇ ਸਮਾਪਤੀ ਹੈ। ਸੰਤ ਬਾਬਾ ਈਸ਼ਰ ਸਿੰਘ ਘਲੋਟੀ ਤੇ ਕਾਲਖ ਜੱਸੋਵਾਲ ਸੂਤਾ ਮਾਰ ਦੋ ਤਾੜੀ ਜੇਤੂ ਰਹੀ ਹੈ ਜੱਸੋਵਾਲ ਸੂਤਾ ਦੇ 13 ਅੰਕ ਹੈ ਤੇ 6.5 ਪੁਆਇੰਟ ਰਹੇ ਆ ਮਲਕਪੁਰ ਦੀ ਟੀਮ ਦੇ। ਜੱਸੋਵਾਲ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਰਹੀ ਹੈ। ਲੇਬਰ ਵਾਲੇ ਵੀਰ ਕਿਰਪਾ ਕਰਕੇ ਗਰਾਊਂਡ 'ਚ ਆ ਜਾਣ ਲੇਬਰ ਵਾਲੇ ਭਰਾ ਸਾਡੇ ਉਹ ਕਿਰਪਾ ਕਰਕੇ ਗਰਾਊਂਡ ਦੇ 'ਚ ਆ ਜਾਣ ਮੇਰੀ ਬੇਨਤੀ ਹੈ। ਇਹ ਜਿਹੜਾ ਮੈਚ ਇਸ ਵੇਲੇ ਸੰਤ ਈਸ਼ਰ ਸਿੰਘ ਘਲੋਟੀ ਤੇ ਕਾਲਖ ਮੇਰੀ ਬੇਨਤੀ ਹੈ ਸਾਇਆ ਖੁਰ ਦੇ ਮਾਰ ਦੋ ਤਾੜੀ ਇੱਕ ਵਾਰੀ ਚੱਕ ਦੀ ਨੌਜਵਾਨ ਬਾਬੇ ਨੇ 2 ਕੁਇੰਟਲ 20 ਕਿਲੋ ਦੀ ਬੋਰੀ ਉਹ ਲੈ ਗਿਆ ਚੱਕ ਕੇ ਲੈਣ ਤੇ ਲੈ ਆਵੇ ਹੁਣ ਬਾਹਰ ਹੀ ਲੈ ਆ ਬਾਬਾ 8 ਲੱਖ ਦੇ ਚੰਗੇ ਹੀ ਲਾ ਤੇ ਮੋੜ ਕੇ ਪਿੱਛੇ ਨਾ ਰੱਖੀ। ਦੋ ਮੀਲ ਸਾਈਕਲ ਦੌੜਦੀਆਂ ਜੇਤੂ ਲੜਕੀਆਂ 400 ਮੀਟਰ ਦੌੜ ਸ਼ੁਰੂ ਹੋਣ ਲੱਗੀ ਹੈ ਟਰੈਕ ਸਾਫ਼ ਰੱਖੋ ਜੀ 400 ਮੀਟਰ ਦੌੜ ਲੜਕਿਆਂ ਦੀ ਸ਼ੁਰੂ